से सुन रहे हो चावला न्यूज नेटवर्क टोरंटो CNN टोरंटो। ਘਰੇ ਮਿਲਣ ਵਾਸਤੇ ਵੀ ਗਈ ਸੀ ਤੇ ਮਿਲਣਾ ਤੇ ਮੈਨੂੰ ਮਿਲੇ ਨਹੀਂ ਉਹ ਤੇ ਇਸ ਕਰਕੇ ਮਜਬੂਰ ਮੈਨੂੰ ਟੱਪਣਾ ਪਰ ਉਹਦਾ ਇਹਨਾਂ ਸਾਰੀਆਂ ਗੱਲਾਂ ਵਿੱਚੋਂ ਚਾਵਲਾ ਸਾਹਿਬ ਕੁਝ ਵੀ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਉਹ ਬੀਬੀ ਚਾਹੁੰਦੀ ਕੀ ਹੈ ਨਵਜੋਤ ਤੋਂ ਜੀ ਮਤਲਬ ਇਹ ਗੱਲ ਨਹੀਂ ਕਿਸੇ ਵੀ ਸ਼ਬਦ ਵਿੱਚ ਉਹ ਕਹਿ ਰੋਂਦੀ ਰਹੀ ਆ ਮੇਰੇ ਨਾਲ ਇਹ ਕੀਤਾ ਸਾਡੇ ਨਾਲ ਉਹ ਕੀਤਾ ਮਾਂ ਨਾਲ ਇਹ ਕੀਤਾ ਗੱਲਾਂ ਬਹੁਤ ਕੀਤੀਆਂ ਪੁਰਾਣੀਆਂ ਪਰ ਉਹਦੇ ਵਿੱਚ ਉਹਦਾ ਕੋਈ ਡਿਮਾਂਡ ਨਜ਼ਰ ਨਹੀਂ ਆਈ ਵੀ ਮੈਂ ਕੀ ਚਾਹੁੰਦੀ ਹਾਂ ਉਹ ਕਹਿੰਦੀ ਹੈ ਵੀ ਤੂੰ ਇੱਦਾਂ ਨਾ ਕਰ ਪੁੱਤਰ ਮੇਰੇ ਨਾਲ ਨਾ ਤੂੰ ਪੁੱਤ ਇੱਦਾਂ ਕਰ ਉਹ ਇੱਦਾਂ ਨਾ ਕਰ ਇੱਦਾਂ ਨਾਲ ਸਾਖ ਰਹੀ ਆ ਪਰ ਉਹਦੇ ਅੰਦਰੋਂ ਕੋਈ ਵੀ ਨਵਜੋਤ ਸਿੱਧੂ ਤੋਂ ਕੋਈ ਮੰਗ ਰੱਖਦੀ ਹੋਵੇ ਵੀ ਸਾਡੇ ਨਾਲ ਤੂੰ ਇੱਦਾਂ ਕਰੋ ਸਾਡੀ ਤੁਸੀਂ ਮੰਗ ਇਹ ਪੂਰੀ ਕਰੋ ਕੋਈ ਵੀ ਐਸੀ ਡਿਮਾਂਡ ਨਹੀਂ ਸਿਰਫ ਪੁਰਾਣੇ ਕਿੱਸੇ ਜਗ ਜਾਹਰ ਕਰ ਰਹੀ ਆ ਜਿਸ ਤੋਂ ਲੱਗਦਾ ਕਿ ਉਹ ਖੁਦ जानकारी ਹੋਵੇ ਪਰ ਇਹ ਪਰਿਵਾਰਕ ਮਸਲਾ ਹੈ ਉੱਠਣਾ ਨਹੀਂ ਸੀ ਚਾਹੀਦਾ ਜੇ ਉਹਨਾਂ ਦੇ ਵਿੱਚ ਕੋਈ ਇਹੋ ਜੀ ਅਣਬਣ ਹੈ ਉਹ ਆਪਣਾ ਹਿੱਸਾ ਲੈ ਕੇ ਚਲ ਗਈ ਹੈ ਜਾਂ ਉਹਦੀ ਜਿਹੜੀ ਭੈਣ ਕਹਿ ਰਹੀ ਆ ਕਿ ਉਹ ਰੇਲਵੇ ਸਟੇਸ਼ਨ ਤੇ ਮਰੀ ਤੇ ਇਹ ਭੈਣਾਂ ਕਿੱਥੇ ਸਨ ਹਾਂਜੀ ਜੇ ਨਵਜੋਤ ਸਿੱਧੂ ਨੇ ਉਹ ਤਾਂ ਸਿੱਧੂ 7 ਸਾਲ ਦਾ ਮੰਨ ਲਓ ਚਲੋ 2 ਸਾਲ ਦੀ ਕਹਿੰਦੀ 2 ਸਾਲ ਦਾ ਕਹਿੰਦਾ 4 ਸਾਲ ਦਾ ਕਹਿੰਦਾ 7 ਸਾਲ ਦਾ ਹੀ ਸਹੀ ਉਹ ਚੱਲ ਗਈ ਛੱਡ ਕੇ ਉਸ ਵਕਤ ਜੇ ਉਹ ਛੱਡ ਕੇ ਚੱਲ ਗਈ ਮਾਂ ਫਿਰ ਆਪਣੇ ਬੱਚੇ ਨੂੰ ਤਾਂ ਫਿਰ ਬੱਚੇ ਨਾਲੋਂ ਮਾਂ ਬੱਚੇ ਦਾ ਮਾਂ ਨਾਲੋਂ ਮੋਹ ਦਾ ਟੁੱਟਣਾ ਲਾਜ਼ਮੀ ਹੈ ਠੀਕ ਹੈ ਜੀ ਬਟ ਜੋ ਉਹਦੀ ਵੀਡੀਓ ਵੇਖੀ ਹੈ ਜਿਵੇਂ ਉਹ ਕਹਿੰਦਾ ਕਿ ਮੇਰੇ ਮਾਤਾ ਜੀ ਚਿੰਤਪੁਰਨੀ 'ਤੇ ਗਏ ਜਿਵੇਂ ਜਿਸ ਤਰੀਕੇ ਨਾਲ ਸਾਰੀ ਉਹ ਘਰ ਬਣਿਆ ਮੇਰੀ ਮਾਂ ਆਈ ਉਹ ਇੱਕ ਸਟੋਰੀ ਵੱਖਰੀ ਹੈ ਜਿਵੇਂ ਕਿ ਉਹਨੂੰ ਪੁੱਛਣ ਵਾਲਾ ਪੁੱਛਦਾ ਉਹ ਸਾਰਾ ਕੁਝ ਦੱਸੀ ਜਾਂਦਾ ਅੱਜ ਕੱਲ੍ਹ ਦੇ ਪੱਤਰਕਾਰ ਵੀ ਤਾਂ ਉੱਥੇ ਕਾਊਂਟਰ ਤਖਵਾਲ ਤਾਂ ਕਰਦੇ ਨਹੀਂ ਨਾ ਉਹ ਤਾਂ ਸਿਰਫ ਸਟੋਰੀ ਕਵਰ ਕਰਨ ਗਏ ਹੁੰਦੇ ਆ ਹਾਂਜੀ ਵੀਰ ਜੀ ਵੈਲਕਮ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਗੁਰਿੰਦਰ ਸਿੰਘ ਹੈ ਤੇ ਮੈਂ ਅੱਜ ਪੱਟੀ ਸਾਹਿਬ ਨੂੰ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਸੁਣਿਆ ਸੀਗਾ ਜੀ ਜੀ ਤੇ ਉਹਨਾਂ ਨੇ ਦੱਸਿਆ ਵੀ ਜਿਹੜੀ ਇਹ ਇਹਨਾਂ ਦੀ ਮਦਰ ਹੈ ਉਹਦਾ ਕਿਸੇ ਮਿਸਟਰ ਫੋਰਟੀ ਦੇ ਨਾਲ ਪਹਿਲਾਂ ਮੈਰਿਜ ਹੋਈ ਸੀਗੀ ਉਸ ਤੋਂ 2 ਬੇਟੀਆਂ ਸਨ ਤੇ ਉਹਨਾਂ ਦਾ ਡਿਵੋਰਸ ਹੋਇਆ ਵਾ ਸੀਗਾ ਜਦੋਂ ਇਹਨਾਂ ਨੇ ਸਿੱਧੂ ਸਾਹਿਬ ਦੇ ਫਾਦਰ ਦੇ ਨਾਲ ਮੈਰਿਜ ਹੋਈ ਹੈ ਇਹ ਮਤਲਬ ਕਿ ਉਹ ਕਿਸੇ ਹੋਰ ਬੰਦੇ ਦੀਆਂ ਕੁੜੀਆਂ ਤੋਂ ਤੇ ਇਹ ਭਗਵਾਨ ਸਿੰਘ ਤੋਂ ਨਵਜੋਤ ਸਿੰਘ ਸਿੱਧੂ ਜਿਹੜੇ ਮਦਰ ਮਤਲਬ ਸੇਮ ਹੈ ਪਰ ਪਿਓ ਡਿਫਰੈਂਟ ਹੈ ਪਰਿਵਾਰ ਵੱਡਾ ਹੈਗਾ ਅੰਦਰ ਬੜਨਾ ਜਾਂ ਉਹਦੇ ਕੋਈ ਨੇੜੇ ਤੇੜੇ ਦੇ ਬੰਦੇ ਵੈਸੇ ਭਾਰਤੀ ਭੂਸ਼ਨ ਚਹਿਲ ਦਾ ਪਰਿਵਾਰ ਜਿਹਦੇ ਨਾਲ ਕਾਫੀ ਨੇੜੇ ਰਿਹਾ ਉਹਦੇ ਨਾਲ ਗੱਲ ਕੀਤੀ ਜਾਂ ਸਾਡੇ ਪੁੱਛਿਆ ਜਾਂਦਾ ਵੀ ਪਿੱਛੇ ਕੀ ਕਾਰਨ ਹੈਗਾ ਅੱਜ ਤੱਕ ਸਾਡੇ ਕੋਲ ਇਸ ਤੋਂ ਵੱਡੀ ਜਾਣਕਾਰੀ ਕੋਈ ਨਹੀਂ ਹੈਗੀ ਪਰ ਗੱਲ ਇਹ ਹੈ ਕਿ ਨਵਜੋਤ ਸਿੱਧੂ ਜਿਸ ਸਟੈਪ ਮਦਰ ਹੈ ਮਤਲਬ ਇਸ ਤਰੀਕੇ ਦੇ ਨਾਲ ਹੈ ਉਹ ਸਕਾ ਕਹਿ ਰਹੀਆਂ ਨੇ ਵੀ ਸਾਡਾ ਸਕਾ ਭਰਾ ਇਹ ਨਵਜੋਤ ਹੁਣ ਆਪਣਾ ਬਿਆਨ ਦਊਗਾ ਜੀ ਜਿਹੜਾ ਥੋੜੇ ਦਿਨ ਪਹਿਲਾਂ ਅਜੇ ਰਾਤੀ ਤੇ ਮੈਂ ਉਹਦੀ ਵੀਡੀਓ ਵੇਖ ਕੇ ਹਟਿਆ ਕੱਲ੍ਹ ਜਿਹਦੇ ਵਿੱਚ ਆਪਣੀ ਮਾਤਾ ਜੀ ਦੇ ਸਿਫਤਾਂ ਕਰਦਾ ਪਿਆ ਕਿਵੇਂ ਮੇਰਾ ਇਸ ਧਰਤੀ 'ਤੇ ਆਮਦ ਹੋਈ ਹੈ ਕਿਵੇਂ ਮੈਨੂੰ ਲਿਆਂਦਾ ਗਿਆ ਕਿਵੇਂ ਮੈਨੂੰ ਵਰ ਮਿਲਿਆ ਆਪਣੇ ਵਰ ਦੀਆਂ ਵੀ ਗੱਲਾਂ ਉਹ ਆਪਣੀਆਂ ਮੌਲਵੀ ਦੀ ਗੱਲ ਦੱਸਦਾ ਮੌਲੀਆਂ ਦੀ ਦੱਸਦਾ ਵੀ ਮੈਂ ਮੌਲੀਆਂ ਕਿਉਂ ਬੰਨਦਾ ਮੇਰਾ ਪਿਓ ਸਰਦਾਰ ਸੀ ਮਾਂ ਹਿੰਦੂ ਸੀ ਉਹਦੇ ਇਹਨੇ ਬੀਜ ਵੀ ਸਵੇਰੇ ਉੱਠਦੇ ਹਾਂ ਅਤੇ ਇਹ ਵੀਡੀਓ ਆ ਜਾਂਦੀ ਆ ਚਲੋ ਇਹ ਪਰਿਵਾਰਕ ਮਸਲਾ ਆ ਇਸ ਪਰਿਵਾਰਕ ਮਸਲੇ ਦੇ ਵਿੱਚ ਇਵੇਂ ਇਸ ਤਰੀਕੇ ਦੇ ਨਾਲ ਆ ਕੇ ਚੋਣਾਂ ਦੇ ਮੌਕੇ ਹੀ ਕਿਉਂ ਭੈਣ ਜੀ ਨੂੰ ਯਾਦ ਆਈ ਇੰਨੇ ਸਾਲਾਂ ਬਾਅਦ ਕਿ ਮੇਰੀ ਮਾਂ ਜਿਹੜੀ ਸੀ ਉਹ ਰੇਲਵੇ ਫਾਟਕ 'ਤੇ ਮਰੀ ਜਦੋਂ ਇਹ ਕ੍ਰਿਕਟ ਸਟਾਰ ਸੀ ਜਦੋਂ ਲੋਕਾਂ ਨੂੰ ਹਸਾਉਂਦਾ ਸੀ ਉਦੋਂ ਕਿਉਂ ਨਾ ਆਈ ਭੈਣ ਜੀ ਹੈ ਨਾ ਜੇ ਉਹ ਰੇਲਵੇ ਫਾਟਕ 'ਤੇ ਮਰੀ ਤੁਹਾਡਾ ਕੀ ਰੋਲ ਸੀ ਤੁਸੀਂ ਨਹੀਂ ਸੰਭਾਲ ਇੱਕ ਨੇ ਛੱਡ ਦਿੱਤਾ ਮੰਨ ਲਓ ਤੁਸੀਂ ਵੀ ਤਾਂ ਉਸੇ ਉੱਥੇ ਹੀ ਥਾਂ 'ਤੇ ਆਉਂਦੀਆਂ ਹੋ ਨਾ ਤੁਸੀਂ ਵੀ ਤਾਂ ਮਾਂ ਦੀ ਉਸੇ ਜਨਮ ਦੇ ਪੇਟ ਦੇ ਵਿੱਚੋਂ ਜਨਮ ਲਿਆ ਜੇ ਮੁੰਡਾ ਚਲੋ ਮੰਨ ਲਓ ਕਿ ਮੁੰਡਾ ਮੈਂ ਪੱਖ ਨਹੀਂ ਪੂਰਦਾ ਮੰਨ ਲਓ ਮੈਂ ਗਲਤ ਹਾਂ ਅਤੇ ਮੇਰੀਆਂ ਭੈਣਾਂ ਜਿਹੜੀਆਂ ਮੇਰੀ ਮਾਂ ਨੂੰ ਇੱਦਾਂ ਰੋਲ ਦੇਣਗੀਆਂ ਮੰਨ ਲਓ ਮੈਂ ਗਲਤ ਹਾਂ ਤੇ ਕਿਉਂ ਜੀ ਤੁਹਾਡਾ ਕੋਈ ਫਰਜ਼ ਨਹੀਂ ਬੜੇ ਵੱਡੇ ਸਵਾਲ ਨੇ ਮਤਲਬ ਇਸ ਮੌਕੇ 'ਤੇ ਆ ਕੇ ਕਿਉਂ ਉਠਾਉਣਾ ਇਹ ਇੱਕ ਰਾਜਨੀਤੀ ਦਾ ਮੈਂ ਕਹਿੰਦਾ ਕਿ ਅੰਤ ਹੋ ਗਿਆ ਜੀ ਇੰਨੀ ਘਟੀਆ ਰਾਜਨੀਤੀ ਹੋ ਰਹੀ ਹੈ ਅੰਤ ਵਾ ਹਾਂਜੀ ਅਗਲੀ ਕਾਲ ਹੈਲੋ ਹਾਂਜੀ ਚਾਵਲਾ ਜੀ ਸਤਿ ਸ਼੍ਰੀ ਅਕਾਲ ਕਿਦਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਚੱਲ
चलो साहब एक गल है जी, आज जो कुछ इन्होंने हम मसला जहा चक्या है ये सारे कुछ का इस दे नाल की संबंध है जी। पर्सनल किसी की लाइफ है जिदा हुण पहला अपने कैप्टन साहब आए सारी कहिंदा जी मेरी पर्सनल लाइफ आ मैडम अरूस साहब वाली ते उदों उन्हां नूं अपनी पीढ़ी थले ते कोई छोटा साटा कोई फेरदा नहीं गा। चलो जे इन्हां दे फादर ने किया सिद्धू ने तैनूं कुछ भी किया ना इन्हां दे फादर की गलती है सिद्धू भुगता है सिद्धू जी ते सिद्धू ते क्यों एलीगेट करी जांदे पए ने इन्हां नूं कोई इहदे बारे कोई सानूं निशान भी लगदी भी इह की मसला है हुण सिद्धू ने गां बच्चे पैदा करके कोई होर जनानी कर ली उहदे लई तां सिद्धू कसूरवार हो सकदा जद उहदे फादर दी आया उहने फादर ने कीता हुण सिद्धू जे दुनिया च उहदे फादर वालों उहदी मां वालों दुनिया च आ गया ते सिद्धू दा की कसूर है जी। बिलकुल मेहरबानी थैंक यू जी। हां जी अगली कॉल प्लीज। हेलो 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 हां जी सत श्री अकाल। सत श्री अकाल जी। थोड़ी जी पिछो आवाज बंद कर लो परे होनी है। टेलीविजन देखते पे हो तुसी मेनू खुशी है कि तुसी टेलीविजन रेडियो सुनते हो मेहरबानी। रेडियो हां जी ठीक हां रेडियो कट कर लो जे सुनते हो रेडियो या टेलीविजन जो भी है इधर परे हो गई मेहरबानी। हां जी मैं अगे हमेशा कर दी हुनी परे हो के कर दी हुनी पर अज कोई गल नहीं माता जी। हां जी दसो 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 पर देख के दुख बड़ा हुंदा जेड़े कबीलदार बंदे आ उन्हां नूं हां भई ओ भरा फिर भी छोटा किन्ना छोटा इस टाइम दे विच आ के भई ओ दूजे पासे आले बोलदे भी आ ना जिन्हां दा घर आ इह भई ओ भई जनतक माफी मंगे आ करे ओ कुड़ियां असली रोंदियां तां दिखाउंदियां इक्को ही देखी आ मैं तां ना बहुत रोंदी आ ते मगरों कहंदी साडा तां इन्ना कुछ सीगा घर सी उत्थे तां कुछ भी नहीं उत्थे तां छड्या ही नहीं इन्हां ने कुछ भई इन्ने चिर बाद फिर है ना हुण घर याद आया। तुसी एक गल मां जिहड़ी मां वा चाहे मतेई भी सी जे इन्हां नूं प्यार सीगा है ना ते भई इह आप आ जांदियां किथे गईयां होईयां सी दसण फिर जेडी ओ मां दे बारे दसदी है ना ओ मतेई नहीं सी की सकी मां सी उहनां कुड़ियां दी। अच्छा प्यो जेड़ा जिदा पट्टी साहब दी वीर मैं खुणी है गल ਇਹ ਪਹਿਲਾਂ ਸਾਡੇ ਵੀ ਉੱਥੇ ਸਤਬੀਰ ਪਿੰਡਰ ਜੀ ਨੇ ਮੈਨੂੰ ਸਟੋਰੀ ਸੁਣਾਈ ਹੈ ਕਾਫੀ ਚਿਰ ਪਹਿਲਾਂ ਨਵਜੋਤ ਸਿੱਧੂ ਹੁਣਾਂ ਦੀ ਸਾਰੀ ਉਹ ਪਟਿਆਲੇ ਤੋਂ ਹੀ ਨੇ ਕਿ ਜਾਣਦੇ ਨੇ ਪਰਿਵਾਰ ਨੂੰ ਸਾਰੇ ਮਤਲਬ ਪਟਿਆਲੇ ਤੋਂ ਖਾਸ ਪਟਿਆਲੇ ਦੇ ਜਿਹੜੇ ਲੋਕ ਨੇ ਉਹ ਜਾਣਦੇ ਨੇ ਸ਼ਾਇਦ ਕੀਦਾ ਸਾਹਿਬ ਤੁਸੀਂ ਵੀ ਜਾਣਦੇ ਹੋ ਕਿ ਰਵਿਸਰ ਗਿਆ ਇਹ ਮਤਲਬ ਜਿਹੜੀ ਇਹਨਾਂ ਦੀ ਲੜਕੀਆਂ ਦੀ ਮਾਂ ਵਾ ਉਹਦਾ ਮਤਲਬ ਜਿਹੜਾ ਵਾ ਵਿਆਹ ਦੂਜੀ ਵਾਰ ਹੋਇਆ ਆ। ਭਗਵਾਨ ਸਿੱਧੂ ਜਿਹੜਾ ਵਾ ਉਹਦਾ ਵੀ ਵਿਆਹ ਦੂਜਾ ਹੀ ਦੱਸਿਆ ਜਾਂਦਾ ਕੋ ਸਮਥਿੰਗ ਲਾਈਕ ਦੈਟ ਇਹੋ ਜੀ ਸਟੋਰੀ ਆ ਤੇ ਚਲੋ ਐਨੀਵੇ ਇਹ ਤਾਂ ਘਰ ਦਾ ਮਸਲਾ ਸੀ ਗੱਲ ਬਹੁਤ ਪੁਰਾਣੀ ਆ ਬਈ ਇਹਨਾਂ ਨੂੰ ਹੁਣ ਰੋਣਾ ਜ਼ਿਆਦਾ ਆ ਮਾਂ ਨੂੰ ਹਾਂ ਸਵਾਲ ਤਾਂ ਆ ਵੀ ਤੁਹਾਨੂੰ ਰੋਣਾ ਹੁਣ ਜ਼ਿਆਦਾ ਆ ਬੰਦਾ ਤਾਂ ਭੋਗ ਤੇ ਪਹੁੰਚ ਜਾਂਦਾ ਜੇ ਤਾਂ ਮੇਰੀ ਮਾਂ ਪੂਰੀ ਹੋਈ ਸੀ ਮੈਂ ਇੱਥੋਂ ਪਹੁੰਚ ਗਈ ਸੀ ਚਾਰ ਦਿਨਾਂ ਬਿਲਕੁਲ ਬਿਲਕੁਲ ਮਿਹਰਬਾਨੀ ਥੈਂਕ ਯੂ ਅੰਕਾ ਭੋਗ ਮੇਰੇ ਆਈ ਤੇ ਆਇਓ ਮੈਂ ਆਪਣੇ ਹੱਥੀ ਮੇਰੀ ਕੁੜੀ ਵੀ ਮੇਰੀ ਨਾਲ ਦੋ ਤੀ ਛੋਟੀ ਜੀ ਅਸੀਂ ਆਪਣੇ ਹੱਥਾਂ ਨਾਲ ਜਾ ਕੇ ਸਾਰਾ ਟੱਬਰ ਆਣਾ ਸੁਖਨਾ ਹਾਂ ਬਿਲਕੁਲ ਇੱਥੋਂ ਪਹੁੰਚ ਜਾਂਦੇ ਅਸੀਂ ਵੀ ਪਹੁੰਚੇ ਸੀ ਆਪਣੀ ਮਾਤਾ ਜੀ ਲਈ ਇੱਥੋਂ ਪਹੁੰਚ ਜਾਂਦੇ ਹਾਂਜੀ ਜਿਹਨੇ ਪਹੁੰਚਣਾ ਫੇਰ ਮੇਰਾ ਫੇਰ ਬਾਪੂ ਬਿਮਾਰ ਹੋ ਗਿਆ ਸੀ ਉਦੋਂ ਵੀ ਅਸੀਂ ਚਲੇ ਗਏ ਚਲੋ ਮੌਕੇ ਤਾਂ ਨਹੀਂ ਜਾ ਹੈ ਅਚਾਨਚੱਕ ਹੋਇਆ ਸੀ ਜੀ 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 ਪਰ ਚਲੇ ਜਾਂਦੇ ਜਾਣ ਦਾ ਉਦੋਂ ਫਾਇਦਾ ਹੁੰਦਾ ਹੁਣ ਇਹ ਤਾਂ ਕਹਿੰਦੇ ਮਗਰ ਮਾਸਾ ਦੇ ਅੰਜੂ ਨੇ ਦੇਖ ਕੇ ਜਿਹਨੂੰ ਪਤਾ ਵੀ ਮਮਤਾ ਕੀ ਹੁੰਦੀ ਆ ਕਿਵੇਂ ਸੰਭਾਲੀ ਦੀ ਆ ਉਹਨੂੰ ਪੁੱਛ ਕੇ ਦੇਖਣ ਮਿਹਰਬਾਨੀ ਥੈਂਕ ਯੂ ਜੀ ਥੈਂਕ ਯੂ ਚੰਗਾ ਬੇਟਾ ਜਿਉਂਦੇ ਰਹੋ। ਅੱਛਾ ਕਿਹਦਾ ਸਾਹਿਬ ਸਵਾਲ ਇਹ ਆ ਕਿ ਪੱਤਰਕਾਰ ਮੈਨੂੰ ਸਮਝ ਨਹੀਂ ਉੱਥੋਂ ਦੇ ਪੱਤਰਕਾਰਾਂ ਨੂੰ ਯਾਰ ਤੁਸੀਂ ਟੀ ਆਰ ਪੀ ਦੇ ਭੁੱਖੇ ਹੋ ਗਏ ਤੁਹਾਨੂੰ ਕੋਈ ਉਸ ਇੰਨੇ ਤੁਸੀਂ ਭਾਵੁਕ ਹੋ ਗਏ ਬੜੇ ਮੈਂ ਕਹਿੰਦਾ ਵੀ ਬੜੇ ਸ਼ਰੀਫ ਹੋ ਗਏ ਕਾਊਂਟਰ ਸਵਾਲ ਪੁੱਛੋ ਵੀ ਜਿੱਥੋਂ ਤੁਹਾਡੀ ਮਾਤਾ ਜੀ ਤੁਸੀਂ ਕਹਿੰਦੇ ਹੋ ਪੂਰੇ ਹੋਏ ਨੇ ਉਦੋਂ ਤੁਸੀਂ ਕਿੱਥੇ ਸੀ ਤੁਹਾਨੂੰ ਕਿਵੇਂ ਖਬਰ ਮਿਲੀ ਕਿੱਥੇ ਸੀ ਤੁਸੀਂ ਉਸ ਵਕਤ ਕਿੰਨੇ ਸੰਸਕਾਰ ਕੀਤਾ ਅਸਲ ਚ ਨਾ ਚਾਲਕ ਸਾਹਿਬ ਮੀਡੀਆ ਨੂੰ ਤਾਂ ਬਣਾਇਆ ਗਿਆ ਤਿਆਰ ਕੀਤਾ ਗਿਆ ਨਾ ਸਾਰਾ ਸਿਸਟਮ ਜਿਹੜਾ ਸਾਹਮਣੇ ਆ ਜਾਣਾ ਵੈਸੇ ਜੋ ਜੋ ਹੈਗਾ ਉਹ ਤਿਆਰ ਕੀਤਾ ਮੀਡੀਆ ਨੂੰ ਬਿਠਾਇਆ ਗਿਆ ਮੀਡੀਆ ਨੇ ਹੁਣ ਐਡਾ ਬੜਾ ਪੈਕੇਜ ਦਾ ਕੋਈ ਵੈਸੇ ਨਹੀਂ ਦਿਖਾਉਂਦਾ ਜਿਹੜਾ ਇੰਨਾ ਲੰਮਾ ਇੱਕ ਇੰਟਰਵਿਊ ਦਿਖਾਈ ਜਾ ਰਹੀ ਹੈ ਇੱਕ ਬੜੇ ਨੈਸ਼ਨਲ ਟੀਵੀ ਵੱਲੋਂ ਤੇ ਇੱਕ ਖੇਤਰੀ ਟੀਵੀ ਵੱਲੋਂ ਬੜੇ ਵੱਡੇ ਪੱਧਰ ਦਿਖਾਈ ਜਾ ਰਹੀ ਇੰਟਰਵਿਊ ਤੇ ਮੈਂ ਹੈਰਾਨ ਆ ਵੀ ਉਹ ਇੰਨਾ ਲੰਮਾ ਪੈਕੇਜ ਕੌਣ ਹੁੰਦਾ ਕਿਸੇ ਨੂੰ ਇਹਦੇ ਪਿੱਛੇ ਬਹੁਤ ਵੱਡੇ ਕਾਰਨ ਆ ਸਾਰਾ ਕੁਛ ਜੇ ਇਕੱਠੇ ਕੁੱਠੇ ਕਰ ਲਈਏ ਆਪਾਂ ਤੁਹਾਨੂੰ ਲੱਗਦਾ ਵੀ ਇਹ ਬੀਬੀ ਨੂੰ ਬਿਠਾਇਆ ਗਿਆ
उल्टा वार तेरी बथेरिया सहेलियां ने मजीठिया क्या हूं केड़ा मजीठिया नदर इशू आखो ना जी डॉक्टर नवजोत सिद्धू का भी बयान तुम देख लो अपने सहेलिया की गल कर तू तू अपना पला अपने पल पीढ़ी थले सोटा फिर खैर एनीवे 9058131320 905-813-1320 बजट इजलास किसानी जड़िया ने ओहो जड़िया ने कोरोना पीड़ित की मदद महंगाई बेरोजगारी सरहदी खेतर के विवाद बारे मुद्दे उठाएगी कांग्रेस के विरोधी धिर की कहना चाहोगे हाँ चावला साहब कल ना इन्होंने सोनिया गांधी की प्रधानगी जे विरोधी नाल है कांग्रेस के कट्ठे होकर मीटिंग की इन्होंने बजट शुरू हो रहा बजट सैशन के इस बार की होना लोगों को आसा होंगे ने बजट के उपर क्योंकि किसी को कोई इनकम टैक्स की स्लैब का होंगे किसी को कोई अपना कोई किड़ी चीज सस्ती हो रही है कि महंगी होंगी सरकार केंद्र सरकार का बड़ा बड़ा हों देश के उपर बजट का बड़ा बड़ा प्रभाव पैदा हूँ वो बजट के उपर कहती है बेरोजगारी बड़ा बड़ा मुद्दा है भी असं ये जरूर चुका बेरोजगारी का सीधा संबंध जो है बजट ना है चावला साहब जिहड़ा किसानी का हालात किन्ने माड़े हो चुके हैं तो उस संबंध में असं चुका मुद्दा भी किसानों लाभ कितने मिले वह कितने तक किसानों को फायदा होया वो आमदन कि दुगनी हो चुकी है तो इस तो अलावा उन्होंने होर जे भी भारत के आर्थिकता में जुड़े मुद्दे है उन्होंने चुकने वास्ते कल फैसला किया चावला साहब ने हूँ चुकनगे तो हैगामा भी होएगा तो बजट के लैके आए की पटारा है निर्मल सीतारमण का वो खरा ने बिच पिया फैलन च पिया पर लोगों को आसा ने इस बारी बजट दिया कि शायद बजट चंगा आ जाए चोणा ने राज्यां दी सिर चंगे बजट की आस में लोग इस बारी है चावला साहब 9058131320 905-813-1320 दोस्तों तुसी कॉल कर सकते हो संयुक्त किसान मोर्चे का नाम चोणा विच कोई भी सियासी पार्टी ना वरते संयुक्त किसान मोर्चे ने दी चेतावनी जी कल मीटिंग हुई है बाकी चल सर सारा ने जोगिंद्र यादव भी सके होर जे भी आगू है सारे कट्ठे से प्रेम सिंह जे अपना हो पंडेर होनी है इधर अग्राह होनी है सारे कट्ठे वर्चुअल मीटिंग इन्होंने फैसला किया कि एक तो असी जिहड़ा मनाउण जा रहे हैं विश्वासघात दिवस 31 जनवरी असी संबंध में भारत के 500 जिलों के असी मोदी के खिलाफ यह ऐलान कराने जंग का भी साढ़े विश्वासघात किया मोदी जी ने इस करके असी इन्हों के खिलाफ चलने की गल किया यह भी कहा कि मोर्चा दोबारा भी लग सकता ये भी गल चेतावनी दी गई है तो उन्होंने कहा कि जिहड़ियां सियासी पार्टियां बन गई ने कुछ किसानों दी पार्टियां बन गई ने जिदा संयुक्त समाज मोर्चा पंजाब च बनिया यह सियासी पार्टियां संयुक्त किसान मोर्चे का ना कितें नहीं वरतन गिया जेकर वह वरतन गिया तो उन्होंने असी एक्शन लवेंगे सवाल किदा साहब पैदा हो गया संयुक्त किसान मोर्चे ने जदों दिल्ली बॉर्डर के उत्ते मोर्चा ला सद्या एक साल इन्होंने किसी राजनीतिक लीडर नूं स्टेज दे लागे नहीं फड़कन दिता बिल्कुल बिल्कुल सवाल यह है कि राजेवाल राजे जिहड़ा सुराजेवाल साहब जिहड़े भी किसान मोर्चे के लीडर बने ने मुख्यमंत्री का चेहरा बना के जो उन्होंने गेम खेडी गई है दिल्ली दे विच जो गीटियां फिट की गई पर मुड़ के आम आदमी पार्टी ना सुरां नहीं रलियां बड़ा कुछ है कुछ इधरों उधरों पता लगता सारा कुछ नहीं बोलिया जा सकता हाँ कुछ गल्लां हुंदियां ने जिहड़ियां ऐन मौके ते गीटियां खेडनियां हुंदियां ने जदों कोई लीडर आवे उहनूं सवाल पुछा जावे हाँ जी इन्हां दी ओह नीति रही कि इत्थे कोई नहीं आऊगा स्टेज दे उत्ते हुण की जे दुबारा लगता कि राजेवाल नूं स्टेज ते चढ़न देणगे तां राजनीतिक बन गया संयुक्त किसान मोर्चे वाले की हुण इहनूं चढ़न दोगे इहदे नाल दे जिन्ने चोणां लड़दे चढ़न दोगे स्टेज तो कि जां इहनां वास्ते तुहाडी कोई वखरी पॉलिसी होगी सवाल बन गया ना किसान मोर्चा उलझ गया इस टाइम ताही अपने आप अपना पना बचा फिर कि किस तरीके तो बच जाइए सियासी बन गए ना राजेवाल साहब से होर बिल्कुल कीती कराई उन्होंने सारी खूज पाली जी अपनी सीधे लफ्जा बिल्कुल पंजाब मायावती आएगी 8 फरवरी नवा शहर क्या इलाका बड़ा वधिया चुने जी
ਹੁਣ ਮੈਂ ਮਾਇਆਵਤੀ ਨੇ ਆਉਣਾ ਹੈਗਾ ਪੰਜਾਬ ਦੇ ਵਿੱਚ ਨਵਾਂ ਸ਼ਹਿਰ ਤੋਂ ਇਲਾਵਾ ਇੱਕ ਦੋ ਜਗ੍ਹਾ ਦੇ ਹੋਰ ਵੀ ਜਾਣ ਦੀ ਸੰਭਾਵਨਾ ਉਹਦੀ ਹੈਗੀ ਆ ਤੇ ਦਲਿਤ ਵੋਟ ਬੈਂਕ ਨੂੰ ਆਪਣੇ ਵੱਲ ਪ੍ਰਚਾਰਿਤ ਕਰਨ ਦੀ ਕੋਸ਼ਿਸ਼ ਕਰੇਗੀ ਮਾਇਆਵਤੀ ਤੇ ਵੈਸੇ ਤਾਂ ਉਹਨਾਂ ਨੇ ਉੱਥੇ ਯੂਪੀ ਦੇ ਵਿੱਚ ਕਹਿੰਦੇ ਵੀ ਮੈਂ ਚੋਣ ਲੜਨੀ ਨੀ ਮੈਂ ਚੋਣ ਲੜਾਉਣੀ ਹੈਗੀ ਆ ਖੁਦ ਚੋਣਾਂ ਲੜਨ ਵਾਸਤੇ ਤਿਆਰ ਨੀ ਬਸਪਾ ਜਿਹੜੀ ਹੈਗੀ ਆ ਵੱਡੀ ਪਾਰਟੀ ਆ ਚਾਵਲਾ ਸਾਹਿਬ ਦਲਿਤਾਂ ਦੇ ਸੰਬੰਧ ਵਿੱਚ ਤੇ ਇਹਦੇ ਕੋਲੇ ਪੈਸਾ ਵੀ ਕਾਫੀ ਹੈਗਾ ਤੇ ਇਹ ਮੇਰੇ ਖਿਆਲ ਚ ਕਾਂਗਰਸ ਤੋਂ ਵੱਧ ਪੈਸਾ ਦੇ ਕੋਲੇ ਬੀ ਐਸ ਪੀ ਕੋਲੇ ਜਿਹੜਾ ਹੁਣ ਨਾ ਜੋ ਹੁਣ ਅਡਾਣਾ ਸਾਹਮਣੇ ਆਇਆ ਸਭ ਤੋਂ ਅਮੀਰ ਪਾਰਟੀ ਹੈਗੀ ਆ 48,000 crore ਰੁਪਇਆ ਬੀਜੇਪੀ ਕੋਲੇ ਆ ਤੇ ਮੇਰੇ ਖਿਆਲ 7,000 crore ਰੁਪਇਆ ਜਿਹੜਾ ਹੈਗਾ ਉਹ ਇਹਦੇ ਕੋਲੇ ਬਸਪਾ ਕੋਲੇ ਆ ਤੇ ਇਸ ਤੋਂ ਛੋਟੀ ਸਮਾਜਵਾਦੀ ਪਾਰਟੀ ਆ ਗਈ ਸੱਤ ਪਾਰਟੀਆਂ ਕੋਲੇ ਭਾਰਤ ਦਾ ਤਕਰੀਬਨ 7,000 crore ਰੁਪਇਆ ਸੱਤ ਪਾਰਟੀਆਂ ਭਾਰਤ ਦੀਆਂ ਨਹੀਂ ਬੈਠੀਆਂ ਨੇ ਇਹ ਤੇ ਹੁਣ ਅਮੀਰ ਪਾਰਟੀ ਹੈ ਬਸਪਾ ਤੇ ਬਸਪਾ ਆਪਣੀ ਅਮੀਰੀ ਨੂੰ ਕਿਵੇਂ ਉਮੀਦਵਾਰਾਂ ਨੂੰ ਵੰਡ ਰਹੀ ਹੈ ਪੈਸੇ ਜਾਂ ਨਹੀਂ ਨਹੀਂ ਬਣਦੀ ਉਹ ਸ਼ਾਇਦ ਉਹਨਾਂ ਨੂੰ ਤੈਅ ਹੋਵੇਗਾ ਤੇ ਪਰ ਉਹ 8 ਤਰੀਕ ਨੂੰ ਆ ਕੇ ਫੂਕ ਭਰੇਗੀ ਇਹਨਾਂ ਦੇ ਵਿੱਚ ਦਲਿਤਾਂ ਦੇ ਵਿੱਚ ਇਕੱਠੇ ਹੋ ਜਾਓ ਭਾਈ ਦੂਜੇ ਪਾਸੇ ਚੰਨੀ ਵੀ ਜਿਹੜਾ ਹੈਗਾ ਉਹ ਦਲਿਤ ਹੋਣ ਦਾ ਦਾਅਵਾ ਕਰਕੇ 32% ਵੋਟਾਂ ਦੇ ਉੱਪਰ ਆਪਣਾ ਹੱਕ ਜਮਾ ਰਿਹਾ ਕਿ 32% ਵੋਟ ਆ ਮੇਰੇ ਕੋਲੇ ਤੇ ਤੀਜੇ ਪਾਸੇ ਹਰਪਾਲ ਚੀਮਾ ਆਮ ਆਦਮੀ ਪਾਰਟੀ ਵਾਲਾ ਹੈਗਾ ਵੀ ਉਹ ਵੀ ਦਲਿਤਾਂ ਦੇ ਉੱਪਰ ਪੂਰੇ ਪੱਤਾ ਖੇਡਣ ਲੱਗੇ ਨੇ ਆਮ ਆਦਮੀ ਪਾਰਟੀ ਵਾਲੇ ਜੀ ਤੇ ਏਦਾਂ ਦੀਆਂ ਗੱਲਾਂ ਸਾਹਮਣੇ ਹੁਣ ਦਲਿਤਾਂ ਦੇ ਉੱਪਰ ਆਏਗੀ ਤੇ ਪੂਰੇ ਤਰ੍ਹਾਂ ਦਲਿਤਾਂ ਦੇ ਵਿੱਚ ਆਪਣਾ ਪੱਖ ਰੱਖੇਗੀ ਚਾਵਲਾ ਸਾਹਿਬ ਵੈਲਕਮ ਜੀ ਜੀ ਆਇਆਂ ਨੂੰ ਜੀ ਸਰ ਸਤਿ ਸ੍ਰੀ ਅਕਾਲ ਅਸਲ ਚ ਮੈਂ ਤੁਹਾਡੀ ਇਜਾਜ਼ਤ ਚਾਹੁੰਦਾ ਇੱਕ ਕੰਟੈਂਟ ਮਿਸਿੰਗ ਆ ਮੈਂ ਉਹ ਐਡ ਕਰਨਾ ਚਾਹੁੰਦਾ ਜੀ ਤੁਹਾਡੀ ਇਜਾਜ਼ਤ ਜੀ ਕੀ ਆ ਜੀ ਦੇਖੋ ਦੂਜੇ ਕੰਟੈਂਟ ਕੋ ਵੱਖਰਾ ਤੇ ਬੇ ਕੀਦਾ ਸਾਹਿਬ ਨੇ ਜਾਣਾ ਇਹਨਾਂ ਦਾ ਸਮਾਂ ਹੋਰ ਹੋ ਜਾਣਾ ਆਪਣਾ ਜਿਹੜਾ ਉਹ ਕਿਸਾਨਾਂ ਦੀ ਲੀਡਰਸ਼ਿਪ ਦੀ ਗੱਲ ਮਿੰਟੂ ਜੀ ਆਡੂ ਉਦੋਂ ਕਰ ਲਿਓ ਹੁਣ ਫੇਰ ਲੰਬਾ ਚੌੜਾ ਨਹੀਂ ਪਲੀਜ਼ 30 ਸੈਕਿੰਡ ਦਾ ਸਵਾਲ ਤੁਹਾਡਾ ਕੋਈ ਹੈਗਾ ਤੇ ਕਰ ਲਓ ਨਹੀਂ ਤੇ ਮਿੰਟੂ ਜੀ ਆ ਜਾਣਗੇ ਉਦੋਂ ਕਰ ਲਿਓ ਪਲੀਜ਼ ਠੀਕ ਹੈ ਸਰ ਮਿਹਰਬਾਨੀ ਥੈਂਕ ਯੂ ਜੀ ਓਕੇ ਜੇ ਤੁਸੀਂ 5 ਮਿੰਟ ਲਾਉਣੇ ਨੇ ਤਾਂ ਫਿਰ ਆਪਾਂ ਮੈਂ ਤੇ ਕਹਿੰਦਾ ਨਾ ਵੀ ਕੋਈ ਸੈਗਮੈਂਟ ਤੁਸੀਂ ਰੱਖਣੀ ਚਾਹੋ ਕੋਈ ਵੀ ਕਾਲਰ ਵੀ ਮੇਰੇ ਕੋਲ ਇੰਨੀ ਇਨਫੋਰਮੇਸ਼ਨ ਅੱਜ ਹੈਗੀ ਆ 5 ਮਿੰਟ ਦਾ ਸੈਗਮੈਂਟ ਰੱਖ ਲੈਂਦੇ ਹਾਂ ਨਾਲੇ ਅਸੀਂ ਵੀ ਸੈਗਮੈਂਟ ਤੋਂ ਪਹਿਲਾਂ 2 ਬਿਜ਼ਨਸਮੈਨਾਂ ਦੀ ਐਡਵਰਟਾਈਜ਼ਮੈਂਟ 2 ਬਾਅਦ ਦੇ ਵਿੱਚ ਰੋਟੀਆਂ ਪਕਾ ਲਾਂਗੇ ਕਿਉਂ ਕੀਤਾ ਸਾਹਿਬ ਬਾਦਲਾਂ ਨੂੰ ਵੋਟ ਨਾ ਪਾਉਣ ਦੀ ਅਪੀਲ ਹੁਣ ਕਿੰਨੀ ਕਸਰ ਹੋਵੇਗੀ ਕਿੰਨੀ ਕਸਰਦਾਰ ਰਹੇਗੀ ਇਹ ਤਾਂ ਰੱਬ ਜਾਣਦਾ ਪਰ ਸਰਨਾ ਸਾਹਿਬ ਤੇ ਚਲੋ ਵੱਖਰੇ ਪਰ ਜੀ ਕੇ ਸਾਹਿਬ ਨੂੰ ਸਵਾਲ ਇਹ ਬਣਦਾ ਵੀ ਇੱਕ ਵਾਰ ਤੁਸੀਂ ਤੁਹਾਡੀ ਹੀ ਰਹਿਨਮਾਈ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੇ ਜਿਹੜੇ ਵਰਕਰ ਨੇ ਉਹਨਾਂ ਦੇ ਰਿਸ਼ਤੇਦਾਰ ਵੀ ਆ ਕੇ ਪੰਜਾਬ 'ਚ ਘੇਰ ਮਾਰੇ ਸੀ ਯਾਦ ਹੋਣਾ ਸ਼ਾਇਦ ਇਹਨਾਂ ਨੂੰ ਨਹੀਂ ਤਾਂ ਆਪਾਂ ਤਾਂ ਯਾਦ ਆਪਾਂ ਯਾਦ ਕਰਾ ਦਾਂਗੇ ਹਾਂਜੀ ਕੀ ਕਹਿਣਾ ਚਾਹੁੰਦੇ ਨਾ ਦੋਵਾਂ ਨੇ ਨਾ ਇਕੱਠੇ ਹੋ ਕੇ ਅਸਲ ਕਿ ਇਹ ਦੋਸ਼ ਲਾਏ ਨੇ ਕਿ ਦਿੱਲੀ ਕਮੇਟੀ ਦੀ ਚੋਣ ਹੋਈ ਆ ਨਾ ਹਰਮੀਤ ਸਿੰਘ ਕਾਲਕਾ ਬਣਾਏ ਨੇ ਪ੍ਰਧਾਨ ਕਹਿੰਦੇ ਉਹਦੇ ਵਿੱਚ ਪੁਲਿਸ ਬੁਲਾਈ ਇਹਨਾਂ ਨੂੰ ਸਾਈਨ ਕਰਕੇ ਉਹਦੇ ਵਿੱਚ ਧਾਮੀ ਜੋ ਐਡਵੋਕੇਟ ਧਾਮੀ ਆ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੈਗੇ ਆ ਉਹਨਾਂ ਦੇ 29 ਨੰਬਰ ਸਾਈਨ ਹੈਗੇ ਆ ਕਹਿੰਦੇ ਇਹਨਾਂ ਨੇ ਇਕੱਠੇ ਹੋ ਕੇ ਪੁਲਿਸ ਬੁਲਾਉਣ ਦਾ ਕੋਈ ਮਤਲਬ ਨਹੀਂ ਬਣਦਾ ਸੀਗਾ ਪੁਲਿਸ ਦੇ ਦਬਦਬੇ ਨਾਲ ਇਹਨਾਂ ਨੇ ਪ੍ਰੋਗਰਾਮ ਇਹ ਕੀਤਾ ਹੈਗਾ ਇਸ ਕਰਕੇ ਜਿਹੜੇ ਇਹ ਹੈਗੇ ਨੇ ਨਾ ਬਾਦਲ ਦਲ ਹੈਗਾ ਇਹ ਸਿੱਖ ਨਹੀਂ ਹੈਗਾ ਸਿੱਖ ਕੌਮ ਦੇ ਪ੍ਰਤੀ ਅਟੈਚੀ ਨਹੀਂ ਹੈਗਾ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿ ਉਹ ਇਹਨਾਂ ਨੂੰ ਵੋਟ ਨਾ ਪਾਉਣ ਅਸਰ ਹੋਵੇਗਾ ਕਿ ਨਹੀਂ ਹੋਵੇਗਾ ਵੱਖਰੀ ਗੱਲ ਆ ਪਰ ਇੱਕ ਸੱਟ ਜੀ ਮਾਰਤੀ ਉਹਨਾਂ ਨੇ ਪੰਜਾਬ ਦੇ ਲੋਕਾਂ ਵਿੱਚ ਕਿ ਇਹ ਨਹੀਂ ਹੈਗੇ ਵੈਸੇ ਪੰਜਾਬ ਦੇ ਜਿਹਦੇ ਲੋਕ ਨਾ ਵੋਟਾਂ ਪਾਉਣਾ ਚਾਹੁੰਦੇ ਆ ਸ਼੍ਰੋਮਣੀ ਅਕਾਲੀ ਦਲ ਨੂੰ ਤਾਂ ਲੋਕ ਪਾਉਣਗੇ ਵੋਟਾਂ ਜੀ ਰਾਜੀ ਪਾਉਣਗੇ ਤਾਂ ਜਿਹੜੇ ਵੋਟਾਂ ਨਹੀਂ ਪਾਉਣੀ ਬੇਅਦਬੀ ਦੇ ਮਾਮਲੇ 'ਚ ਬੈਠਾ ਕੋਈ ਕੀ ਬੈਠਾ ਉਹ ਨਹੀਂ ਪਾਉਂਦਾ ਵੋਇਸ ਆਫ ਸਿਟੀ 1320 AM ਤੇ ਗੱਲ ਤਾਂ ਇਹ ਵੀ ਆ ਚਲੋ ਹੁਣ ਲੰਬੀ ਚੌੜੀ ਹੋ ਜਾਣੀ ਹੈ ਪਰ ਬਲਬੀਰ ਰਾਜੇਵਾਲ ਨੇ ਕਿਹਾ ਕਿ ਕੇਜਰੀਵਾਲ ਨੂੰ ਆਪ ਦੀਆਂ ਟਿਕਟਾਂ ਵੇਚਣ ਦੇ ਸਬੂਤ ਦਿੱਤੇ ਸਨ ਨਹੀਂ ਦਿੱਤੇ ਸਨ ਪਰ ਅਗਲਿਆਂ ਨੇ ਤੁਹਾਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਕੇ ਤੁਹਾਡਾ ਜਿਹੜਾ ਪੇਸ਼ ਕੀਤਾ ਸੀ ਨਾ ਉਹ ਕਿਤੇ ਨਾ ਕਿਤੇ ਹਾਂਜੀ ਨਾਤੀ ਧੋਤੀ ਰਹਿ ਗਈ ਵਾਲੀ ਗੱਲ ਹੋ ਗਈ ਹਾਂਜੀ ਹਾਂ ਚਾਵਲਾ ਸਾਹਿਬ ਅਸਲ ਚ ਨਾ ਰਾਜੇਵਾਲ ਸਾਹਿਬ ਨੇ ਇਹ ਗੱਲ ਆਖੀ ਹੈ ਕਿ ਮੈਂ ਨਾ ਜਦੋਂ ਤੁਹਾਡੀ ਮੀਟਿੰਗ ਹੋਈ ਆ ਮੈਂ ਇਹਨਾਂ ਨੂੰ ਕਿਹਾ ਸੀਗਾ ਵੀ ਆਪਣਾ ਕੇਜਰੀਵਾਲ ਸਾਹਿਬ ਜਦੋਂ ਆਪਾਂ ਤੁਸੀਂ ਟਿਕਟਾਂ ਦੀ ਵੰਡ ਕਰੀਏ ਆਪਾਂ ਕੋਈ ਵਧੀਆ ਬੰਦੇ ਲੈ ਕੇ ਆਈਏ ਚੰਗੇ ਬੰਦੇ ਲੈ ਕੇ ਆਈਏ ਪਰ ਉਹਨਾਂ ਨੇ ਇਸ ਗੱਲ ਨੂੰ ਇਹ ਗੱਲ ਕਹਿ ਕੇ ਟਾਲਤਾ ਸੀਗਾ ਵੀ ਨਹੀਂ ਅਸੀਂ ਬੰਦੇ ਤਾਂ ਆਪਾਂ ਜਿਹੜੇ ਕਿ ਸਾਡੇ ਲਿਖੇ ਹੋਏ ਨੇ ਟਿਕਟ ਦੇਣੀ ਆ ਉਹਨਾਂ ਨੂੰ ਜਿਹੜੇ ਬੰਦੇ ਚੰਗੇ ਹੈਗੇ ਨੇ ਕਹਿੰਦਾ ਉਸ ਤੋਂ ਇਹ ਮਹਿਸੂਸ ਹੋਇਆ ਬਾਅਦ ਵਿੱਚ ਸਰਮਾਏਦਾਰ ਟਿਕਟਾਂ ਮਿਲ ਗਈਆਂ ਸਰਮਾਏਦਾਰ ਟਿਕਟਾਂ ਮਿਲ ਗਈਆਂ ਫਿਰ ਮੈਂ ਇਹ ਵੀ ਗੱਲ ਆਖੀ ਸੀ ਵੀ ਇਹ ਜਿਹੜੇ ਸਰਮਾਏਦਾਰ ਨੇ ਉਹ ਟਿਕਟਾਂ ਕਿੱਦਾਂ ਮਿਲ ਗਈਆਂ ਜਿਹੜੇ ਮੇਨ ਆਮ ਵਰਕਰ ਸੀਗੇ ਉਹਨਾਂ ਟਿਕਟਾਂ ਵੀ ਨਹੀਂ ਮਿਲੀਆਂ ਅਸੀਂ ਬੜੇ ਪੱਖ ਪੇਸ਼ ਰੱਖੇ ਸੀ ਫਿਰ ਕੇਜਰੀਵਾਲ ਸਾਹਿਬ ਕੋਲ ਵੀ ਟਿਕਟਾਂ ਤੁਹਾਡੀਆਂ ਵਿਕ ਰਹੀਆਂ ਨੇ ਪੰਜਾਬ ਦੇ ਵਿੱਚ ਉਸ ਤੇ ਹੀ ਬਾਅਦ ਸਾਡੇ ਕਹਿੰਦਾ ਸਮਝੌਤਾ ਨਹੀਂ ਹੋ ਸਕਿਆ ਉਸੇ ਕਰਕੇ ਉਸਨੂੰ ਤਾਂ ਪਿੱਛੇ ਹਟ ਗਿਆ ਕੇਜਰੀਵਾਲ ਜਵਾਬ ਦੇਵੇ ਕਹਿੰਦਾ ਇਸ ਗੱਲ ਦਾ ਵੀ ਕਿ ਟਿਕਟਾਂ ਦਿੱਤੀਆਂ ਨੇ ਸਰਮਾਏਦਾਰ ਲੋਕਾਂ ਨੂੰ ਉਹਨਾਂ ਟਿਕਟਾਂ ਦਿੱਤੀਆਂ ਨਹੀਂ ਆ ਇਹ ਗੱਲ ਕਰਕੇ ਦੋਸ਼ ਲਾ ਕੇ ਰਾਜੇਵਾਲ ਸਾਹਿਬ ਨੇ ਵੀ ਕੇਜਰੀਵਾਲ ਨੂੰ ਘੇਰਿਆ ਚਾਹੁੰਦਾ ਕਿ ਥੋੜਾ ਜਿਹਾ
आम आदमी पार्टी का थोड़ा पंजाब दे विच बढ़ रहा इस टाइम रसूख ते शायद वो सारा कुछ कटने की कोशिश कर रहे भी आम आदमी पार्टी किस तरीके से डिग जाए। राज्यवाल साहब ने यह सवाल बांधा कि कंसूआ से भी उठ रही सन कि तुहाडा आम आदमी पार्टी वालों ही अंदर खाते ना जिहड़ा पंजाब दे मुख्यमंत्री लिए उभारिया जा रहा है, बार बार पोस्टर भी तैयार हो गए, खबर भी लग गई, पर तुहाडा कित जाके उन्होंने तुहाडा साथ नहीं दिता तो हुण तुसीं एलीगेशन लांदे हो आम आदमी पार्टी की शायद है क्योंकि तुहानू भी चेहरा मोहरा उन्होंने बनाया सी पंजाब दे मुख्यमंत्री का पर नहीं दली बनी अदालत हुण तुसीं इल्जामां दे उत्तर आए हो। चलो खैर नहीं वे वाइंड अप करते हैं, आखिरी क्वेश्चन है भारतीय अंबेडकर मिशन के कौमी प्रधान ने दर्शन सिंह कांगड़ा उन्होंने कहा कि भगवंत मान हफ्ते के अंदर अंदर माफी मंगन। हाँ कांगड़ा असल तो मुद्दा चावला साहब जो उसे नकोदर के अपने गल चो हार तार के बाबा साहब के गल च पाया अंबेडकर साहब के मुद्दे गल गलत हार पाया तो उस मुद्दे उत्ते उन्होंने कहा कि बहुत बड़ा बजर गलती हैगी है, उन्होंने बेइज्जती की है बाबा साहब की, इस करके उन्होंने हफ्ते की माही मंगनी चाहिए, हर थान पर जाके विरोधता करा आम आदमी पार्टी की विरोधता करा तो उन्होंने अल्टीमेट दिता चावला साहब हफ्ते का। वैसे जी हैगी है ना अंबेडकर जो संस्था हैगी है पहला मैं देखी नहीं कितने कितने होंद में कितने मीडिया में आई नहीं, अचानक आई है शायद पहला बनी हो कौमी प्रधान हो पर होंद में आई है तो इन्हें यही गल की है कि भगवंत मान के खिलाफ असं जेकर ना माही मंगी तो कार्रवाई करा जी। बहुत बहुत धन्यवाद, थैंक यू वेरी मच, शुक्रिया चावला साहब, बहुत धन्यवाद। तुसी सुन रहे हो चावला न्यूज नेटवर्क टोरंटो CNN टोरंटो।